ਲਓ ਜੀ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੋਟਰ ਟਰੈਕਟਰ ਵਰਕਸ਼ਾਪ ਪਿੰਡ ਹਾਬੜੀ, ਡਿਸਟ੍ਰਿਕਟ ਕੈਥਲ, ਹਰਿਆਣਾ। ਲਓ ਜੀ, ਆਪਣਾ ਵੈਸੀ ਤਿਆਰ ਹੋ ਗਿਆ ਜੀ, ਅਤੇ ਇਹਨੂੰ ਆਪਾਂ ਪਾਵਰ ਕੀਤਾ ਜੀ, ਅਤੇ ਬਾਕੀ ਡਿਸਟ੍ਰੀਬਿਊਟਰ ਲਾਇਆ ਜੀ, ਡਬਲ ਐਕਸ਼ਨ ਆ ਲੱਗਾ ਜੀ। ਆਏ ਦੇ ਪਾਈਪਾਂ ਨੇ ਮੇਨ ਕੀ ਮੇਨ ਬਾਕੀ ਸਟਾਰਟ ਕਰਤਾ ਜੀ, ਉਹਨੇ ਟੈਸਟ ਡਰਾਈਵ ਕਰਕੇ ਉਸ ਤੋਂ ਬਾਅਦ ਇਹਨੇ ਪੇਂਟ 'ਤੇ ਲੱਗ ਜਾਣਾ ਜੀ। ਸਾਰਾ ਤਿਆਰ ਹੋ ਚੁੱਕਿਆ ਜੀ, ਆਹ ਕਟਾਈ ਹੈ ਜੀ, ਬੰਦ ਰਹੇ ਇਸਤੇ ਪੇ, ਆਹ ਦੇਖ ਲਓ ਜੀ, ਬੰਦ ਰਹੇ ਇਸਤੇ ਬਿਲਕੁਲ ਸਮੂਥਲੀ। ਆਹ ਲਓ ਜੀ, ਆਹ ਜੀ, ਆਹ ਵੇਖ ਲਓ, ਆਹ ਲਾਟੂ ਲੱਗਾ ਜੀ ਆਰਾਮ ਦੇ ਨਾਲ। ਜਦੋਂ ਇੰਜਨ ਆਰ ਪੀ ਐੱਮ 'ਤੇ ਹੋਏਗਾ ਉਦੋਂ ਬਿਲਕੁਲ ਹੌਲਾ ਹੋ ਜਾਏਗਾ ਸਟੇਅਰਿੰਗ, ਬਿਲਕੁਲ ਇਸ ਤੋਂ ਵੀ ਜ਼ਿਆਦਾ, ਬਿਲਕੁਲ ਬੰਦ ਰੇਸ ਜੀ, ਬਿਲਕੁਲ ਬੰਦ ਰੇਸ। 500 ਚੱਕਰ ਹੋਣਾ ਮਸਾ ਇੰਜਨ ਦਾ, ਬਣਾ ਵੇਖ ਲਓ ਜੀ ਕਿੰਨਾ ਹੌਲਾ ਹੀ ਸਟੇਅਰਿੰਗ। ਇਹਨੂੰ ਹੁਣ ਪੇਂਟ 'ਤੇ ਲਾਵਾਂਗੇ ਜੀ, ਇੱਕ ਵਾਰੀ ਫਿਰ ਤਿਆਰ ਕਰਕੇ ਇਹਨੂੰ ਫਿਰ ਪਾਵਾਂਗੇ ਜੀ ਅੱਛੀ ਦਾਲ। ਹੋ ਜਾਏਗਾ ਹਫ਼ਤੇ ਤੱਕ ਸਾਰਾ ਪੇਂਟ ਹੋ ਕੇ ਫਿਟਿੰਗ ਹੋ ਜਾਏਗੀ, ਸਾਰੀ ਅਸੈਸਰੀ ਵਗੈਰਾ ਵੀ ਸਾਰੀ ਲੱਗ ਜਾਏਗੀ। ਉਸ ਤੋਂ ਬਾਅਦ 3 ਟਰੈਕਟਰ ਹੋਰ ਨੇ, ਉਹਨਾਂ ਦੀ ਵੀ ਵਾਰੋ ਵਾਰੀ ਪਾਵਾਂਗੇ ਮੂਵੀ ਜੀ। ਸਾਰੇ ਭਰਾਵਾਂ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਪਰਮਾਤਮਾ ਸਭ ਦਾ ਭਲਾ ਕਰੇ ਜੀ, ਚੜ੍ਹਦੀ ਕਲਾ ਰੱਖੇ।